Thank you.
Thank you.
We'll be right back.
ਗੁਰੂ ਪਿਆਰੀ ਸਾਹਿਬ ਸੰਗਤ ਸਤਿਗੁਰ ਸੱਚੇ ਪਾਤਸ਼ਾਹ ਦਾ ਪਾਵਨ ਪਵਿੱਤਰ ਦਰਬਾਰ ਅਤੁੱਚਾ ਤਾਂਕਾ ਦਰਬਾਰ ਹੈ ਅੰਤ ਨਹੀਂ ਕਿਛ ਪਾਰਾ ਵਾਰ ਹੈ ਜਿੱਥੇ ਉਹ ਸਰਕਾਰ ਪਖਵਾਈਆਂ ਹੁੰਦੀਆਂ ਭੇਜੀਆਂ ਹੁੰਦੀਆਂ ਜੋਤਾਂ ਦਾ ਜਸ ਪੁਜਾਰੀ ਉਪਮਾ ਸੁਖਨਾਂ ਦੇ ਵਿੱਚ ਪੈਂਦੀ ਹੈ ਉਸ ਦਰਬਾਰ ਦੀ ਸੋਭਾ ਦਾ ਸਤਿਗੁਰ ਪਾਤਸ਼ਾਹ ਪ੍ਰਮਾਣ ਕਰਦੇ ਨੇ ਉਹਦਾ ਕੋਈ ਅੰਤ ਪਾਰਾ ਵਾਰ ਨਹੀਂ ਹੈ ਦਾਸ ਸੰਗਤ ਵੱਲ ਧਿਆਨ ਤਵਜੋ ਦੇ ਰਿਹਾ ਸੀ ਕਿ ਆਪਣੀ ਗੁਰੂ ਦੀ ਜਿਹੜੀ ਵਡਿਆਈ ਹੈ ਕਿ ਤੈ ਸਾਹਿਬ ਦੀ ਬਾਤ ਜੀ ਆਖਿਆ ਕਹੋ ਨਾਨਕ ਕਿਆ ਕੀਜੇ ਸੰਗਤ ਉਹ ਉੱਠ ਕੇ ਜਾ ਰਹੀ ਸੀ ਕਿਉਂਕਿ ਲੰਬੇ ਸਮੇਂ ਦੀ ਸਟੇਜ ਚੱਲ ਰਹੀ ਹੈ ਪਰ ਇੱਕ ਮਹਾਂਪੁਰਖ ਦਾ ਜਿੱਥੇ ਕਿਸੇ ਦਾ ਕਹੇ ਫਿਰਦਾ ਜੁੜਿਆ ਹੋਇਆ ਹੈ ਕਿ ਜਦੋਂ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਨਾਮ ਤੇ ਨਾਮੀ ਜਿੱਥੇ ਨਾਮੀਆਂ ਦੀ ਉਸਤਤ ਆਪਾਂ ਸਰਵਣ ਕਰ ਰਹੇ ਸੀ ਜਦੋਂ ਸੰਤ ਬਾਬਾ ਏਕਮ ਸਿੰਘ ਜੀ ਸੰਤ ਮਹਾਰਾਜ ਜੀ ਨੇ ਪ੍ਰਵਚਨ ਸਰਵਣ ਕਰਵਾ ਰਹੇ ਸੀ ਸਾਰੀਆਂ ਸੰਗਤਾਂ ਇਹ ਤਵੱਜੋ ਦੇ ਕੇ ਸਾਵਧਾਨ ਹਕਾਗਰ ਚੀਤ ਸਰੀਰ ਉਹੀ ਹੁੰਦੇ ਨੇ ਮਨ ਸਾਰਿਆਂ ਦੇ ਵਿੱਚ ਉਹੀ ਨੇ ਪਰ ਉਹਨਾਂ ਮਹਾਂ ਮਨਾਂ ਨੂੰ ਖਿੱਚਣ ਵਾਲੀ ਸ਼ਕਤੀ ਇੱਕ ਮਹਾਂਪੁਰਖ ਦਾਸ ਉਸ ਸਮੇਂ ਮਹਿਸੂਸ ਕਰ ਰਿਹਾ ਸੀ ਕਿ ਹਜ਼ੂਰ ਮਹਾਰਾਜ ਕਿਉਂਕਿ ਜਦੋਂ ਪ੍ਰਗਟ ਸਰੂਪ ਦੇ ਵਿੱਚ ਆਪਾਂ ਸਟੇਜ ਦੇ ਉੱਤੇ ਦਰਸ਼ਨ ਕਰਿਆ ਕਰਦੇ ਸੀ ਕਿਵੇਂ ਸੰਗਤਾਂ ਦੇ ਬਸ ਨੇਤਰਾਂ ਦੇ ਰਾਹੀਂ ਭਾਵੇਂ ਹੋਰ ਬਰਾਰੇ ਬੋਲ ਰਹੇ ਹੁੰਦੇ ਸੀ ਪਰ ਸਾਰਿਆਂ ਦੇ ਨੇਤਰ ਅੱਖੀ ਪ੍ਰੇਮ ਕਸਾਈਆਂ ਆਏ ਕਸੇ ਪਏ ਹੁੰਦੇ ਸੀ ਇੱਕ ਮਹਾਂਪੁਰਖ ਦੇ ਦੀਦਾਰ ਦੇ ਵਿੱਚ ਬੈਠੇ ਹੀ ਸਮਾਧੀਆਂ ਦੁਆਰ ਹੁੰਦੇ ਸੀ ਐਡਾ ਵੱਡਾ ਪ੍ਰਤਾਪ ਹਜ਼ੂਰ ਮਹਾਰਾਜ ਜੀਆਂ ਦਾ ਕਿ ਉਹਨਾਂ ਦੇ ਨਿਰਗੁਣ ਸਰੂਪ ਦੇ ਵਿੱਚ ਜਿਸ ਤਰ੍ਹਾਂ ਆਪਾਂ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀਆਂ ਦਾ ਸੰਤ ਬਿਲਾਸ ਜਦੋਂ ਪੜ੍ਹਦੇ ਹਾਂ ਉਹ ਸਰਵਣ ਕਰਵਾਉਂਦਾ ਹੈ ਬਾਬਾ ਜੀਆਂ ਨੇ ਬਹੁਤ ਪੁਰਾਣੇ ਜੋ ਸਿਰਸਾ ਸਾਹਿਬ ਦੇ ਬਚਨ ਕਿਉਂਕਿ ਜੋ ਦੋਹਾ ਹੈ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀਆਂ ਨੇ ਭਵਿੱਖਤ ਬਚਨ ਜਦੋਂ ਸਰਵਣ ਕਰਵਾ ਰਹੇ ਸੀ ਕਿਉਂਕਿ ਸਾਧ ਜੇਕਰ ਸੰਤ ਖਾਲਸਾ ਦਲ ਦੇ ਵਿੱਚ ਇੱਕ ਸੂਰਜ ਪ੍ਰਕਾਸ਼ ਜਿਸ ਤਰ੍ਹਾਂ ਦਸ ਪਾਤਸ਼ਾਹੀਆਂ ਦਾ ਜੀਵਨ ਜਦੋਂ ਆਪਾਂ ਸਰਵਣ ਕਰਦੇ ਹਾਂ ਮੇਰੇ ਕਥਾ ਵੀ ਚੱਲਦੀ ਹੈ ਜਦੋਂ ਗੁਰੂ ਇਤਿਹਾਸ ਸਰਵਣ ਕਰਦੇ ਆ ਉਹ ਲਿਖਾਰੀ ਨੂੰ ਆਏ ਹੱਥ ਜੋੜਦੇ ਨੇ ਕਿ ਇੰਨਾ ਜਾ ਸਕੇ ਉਸਦੇ ਰਾਹੀਂ ਗੁਰੂ ਪਾਤਸ਼ਾਹ ਦੇ ਦੀਦਾਰ ਹੋ ਜਾਂਦੇ ਨੇ ਐਸੇ ਹੀ ਜਦੋਂ ਇੱਥੇ ਲੱਖੀ ਜੰਗਲ ਦੇ ਵਿੱਚ ਇਸ ਪਾਵਨ ਪਵਿੱਤਰ ਧਰਤੀ ਤੇ ਸਾਧ ਸੰਗਤ ਜੀ ਮਹਾਂਪੁਰਖ ਜਿਹੜਾ ਸੰਸਾਰ ਦੇ ਵਿੱਚ ਪਰ ਉਪਕਾਰ ਕਰਦਾ ਹੈ ਜਿਵੇਂ ਹਜ਼ੂਰ ਮਹਾਰਾਜ ਵਚਨ ਕਰਿਆ ਕਰਦੇ ਸੀ ਕਿ ਭਾਈ ਇੱਕ ਮਹਾਂਪੁਰਖ ਦਾ ਜੀਵਨ ਕੌਣ ਲਿਖ ਲਵੇਗਾ ਉਹ ਇੱਕ ਸਮੁੰਦਰ ਦਾ ਸਰੂਪ ਹੁੰਦਾ ਹੈ ਉਹਨਾਂ ਦੇ ਪ੍ਰਵਚਨ ਜਦੋਂ ਹਿਰਦੇ ਵਿੱਚੋਂ ਛੱਲ ਦਿੰਦੇ ਨੇ ਫਿਰ ਸੁਖ ਸਾਗਰ ਬੈਠੇ ਪਤਾ ਨੀ ਕਿਹੜੀ ਰਸਨਾ ਦੇ ਉੱਤੇ ਵੱਸ ਕੇ ਉਹ ਪਰਮੇਸ਼ਰ ਨੇ ਕੈਸਾ ਸਾਡੇ ਬੋਲੀ ਜੀ ਕਹਿੰਦੇ ਮਹਾਂਪੁਰਖ ਦੀ ਜਿਹੜੀ ਰਸਨਾ ਹੈ ਉਹ ਜੀਵਨ ਦੇ ਕਰਮਾਂ ਦੀ ਜਿਹੜੀ ਆਪਾਂ ਜੈਸੀ ਕਰਮ ਲਿਖੀ ਹੈ ਮਸਤਕ ਤੈਸੀ ਜਿਹੜੇ ਪਾਸ ਆਪਾਂ ਆਪਣੇ ਕਰਮ ਲੈ ਕੇ ਮਸਤਕ ਦੇ ਉੱਤੇ ਲਗਾ ਕੇ ਆਉਂਦੇ ਹਾਂ ਪਰ ਦਾਸ ਅੱਜ ਅੰਮ੍ਰਿਤ ਵੇਲੇ ਇਸ਼ਨਾਨ ਕਰਦਿਆਂ ਕਰਦਿਆਂ ਕਈ ਵਾਰੀ ਐਸਾ ਆਨੰਦ ਵਰਤਦਾ ਹੈ ਕਿ ਇਸੇ ਵਸਤੂ ਦੇ ਉੱਤੇ ਧਿਆਨ ਚੱਲਿਆ ਗਿਆ ਕਿ ਹਜ਼ੂਰ ਮਹਾਰਾਜ ਜੀ ਦੇ ਪਾਸ ਆਪਾਂ ਕਿਸ ਤਰ੍ਹਾਂ ਦੇ ਵੱਖੋ ਵੱਖਰੇ ਆਪਣੇ ਕਰਮ ਲੈ ਕੇ ਆਉਂਦੇ ਹਾਂ ਕਰਮੀ ਆਪੋ ਆਪਣੀ ਨਾਲ ਲਿਖਾ ਕੇ ਲਿਆਉਂਦੇ ਹਾਂ ਪਰ ਕੋਈ ਸਾਰੇ ਹੀ ਆਪਾਂ ਸੇਵਾ ਕਰਦੇ ਮਹਾਂਪੁਰਖਾਂ ਦੇ ਮਨ ਨੂੰ ਕੋਈ ਭਾ ਜਾਂਦਾ ਉਹਨਾਂ ਨੂੰ ਐਸੇ ਇੱਕ ਇੱਕ ਬਚਨ ਹੀ ਕਰ ਦਿੱਤਾ ਉਹਦੇ ਸਾਰੇ ਕਰਮਾਂ ਦੀ ਲਕੀਰ ਮੇਟ ਕੇ ਇੱਕ ਪਾਸੇ ਇੱਕ ਮਹਾਂਪੁਰਖ ਦਾ ਬਚਨ ਖੜ ਜਾਂਦਾ ਹੈ ਕਿ ਤੇਰੇ ਇਹ ਲੋਕ ਦੇ ਸੁਖ ਪਰਲੋਕ ਦੇ ਰਾਜੇ ਅਸੀਂ ਆਪ
ਇਸ ਦੇ ਨਾਲ ਤੁਸੀਂ ਗੁਰਬਾਣੀ ਦੀ ਤੁਲਨਾ ਦੇ ਲੋ ਕਿ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰ ਨਹਾ ਦੋਨੇ ਪਰਮਪਰੀਆਂ ਦੇ ਵਿੱਚ ਇੱਕ ਪਾਸੇ ਦੇਵੀ ਪੱਖ ਹੈ ਇੱਕ ਪਾਸੇ ਅਦੇਵੀ ਪੱਖ ਹੈ ਤੇ ਜਿਹੜਾ ਮਹਾਂਪੁਰਖ ਦੀ ਸ਼ਰਨ ਦੇ ਵਿੱਚ ਪੈ ਗਿਆ ਕਿੰਨੇ ਆਪਾਂ ਗੰਗਾ ਵਰਗਿਆਂ ਦੇ ਜੀਵਨ ਅਜਮਰ ਪਾਪੀ ਵਰਗਿਆਂ ਦੇ ਜੀਵਨ ਗੁਰਬਾਣੀ ਦੇ ਵਿੱਚ ਆਪਾਂ ਸਰਵਣ ਕਰਦੇ ਹਾਂ ਵੀ ਇੱਕ ਮਹਾਂਪੁਰਖ ਜਿਹਦੇ ਉੱਤੇ ਦਿਆਲੂ ਹੋ ਗਏ ਹੁਣ ਉਹਨਾਂ ਦੇ ਕਰਮਾਂ ਦੀ ਗਿਣਤੀ ਕੋਈ ਲਿਖ ਸਕਦਾ ਸੀ ਕਿਸ ਤਰ੍ਹਾਂ ਦੇ ਕਰਮ ਸੀ ਭਾਵ ਉਹਨਾਂ ਸਾਰਿਆਂ ਦੇ ਉੱਤੇ ਲਕੀਰ ਪੇਟ ਕੇ ਇੱਕ ਮਹਾਂਪੁਰਖ ਦਾ ਸ਼ਬਦ ਰੂਪੀ ਜਦੋਂ ਬਾਣ ਚੱਲਦਾ ਹੈ ਉਹਨਾਂ ਸਾਰਿਆਂ ਦਾ ਜਨਮਾਂ ਜਨਮਾਂਤਰਾਂ ਦੇ ਸੰਤ ਵੀ ਧੂਰ ਮਿੱਟੇ ਅੱਗ ਕੋਟ ਨਾਸ਼ ਕਰਕੇ ਰੱਖ ਦਿੰਦਾ ਹੈ ਇੱਕ ਮਹਾਂਪੁਰਖ ਦੀ ਸ਼ਰਨ ਦੇ ਵਿੱਚ ਪੈਣ ਦੇ ਨਾਲ ਕਿਹੋ ਜਿਹਾ ਵੀ ਜੀਵਨ ਹੋਵੇ ਤੇ ਉਧਰ ਹਾਰ ਹੋ ਜਾਂਦਾ ਸੰਸਾਰ ਤੋਂ ਤਰਨ ਵਾਲਾ ਹੋ ਜਾਂਦਾ ਹੈ ਇਸੇ ਕਰਕੇ ਗੁਰਬਾਣੀ ਦੇ ਵਿੱਚ ਆਪਾਂ ਕਿਉਂ ਮਹਾਂਪੁਰਖਾਂ ਦੀ ਓਟ ਤੱਕੀ ਹੈ ਭਾਗਾਂ ਵਾਲੇ ਹਨ ਜੋ ਦਾਸ ਬੇਨਤੀ ਕਰਨ ਲੱਗਿਆ ਸੀ ਕਿ ਅੱਧੀ ਪੰਕਤੀ ਦੇ ਵਿੱਚ ਕਿ ਸੰਤ ਦੀ ਨਿੰਦਾ ਨਾਨਕਾ ਬਹੁਤ ਬਹੁਤ ਅਵਤਾਰ ਕਿ ਮੁੜ ਕੇ ਲੱਖ 84 ਦਾ ਜੋਨ ਦਾ ਚੱਕਰ ਖੜਾ ਜੀ ਉਹਦੇ ਵਿੱਚ ਜਾਣਾ ਕਿ ਇੱਕ ਮਹਾਂਪੁਰਖ ਦੇ ਨਾਲ ਫਿਰ ਆਪਾਂ ਨੇ ਆਪਣੀ ਮਨ ਰੂਪੀ ਤਕਤੀ ਦੇ ਵਿੱਚ ਤੋਲਣਾ ਹੈ ਕਿ ਅਸੀਂ ਕਿਹੜੀ ਵਸਤੂ ਵੱਲ ਹੋਣਾ ਹੈ ਦੱਸ ਦੇ ਬੇਨਤੀ ਕਿਉਂਕਿ ਸਮਾਂ ਬਹੁਤ ਸੀਮਿਤ ਹੈ ਦੋ ਬੁਲਾਰੇ ਸਾਡੇ ਪਿੱਛੇ ਬੈਠੇ ਨੇ ਮੈਂ ਕਿਹਾ ਬਾਬਾ ਜੀ ਦਾ ਹੁਣ ਆਪਣੇ ਵੀ ਸਾਰੇ ਪਰ ਪ੍ਰੇਮ ਦੇ ਵਿੱਚ ਜੋ ਨਿਮਰਤਾ ਦੇ ਵਿੱਚ ਕੋਈ ਵੀ ਦਾਸ ਨੂੰ ਕੋਈ ਨਹੀਂ ਹੁੰਦਾ ਕਿ ਮੈਂ ਸਪੀਕਰ ਦੇ ਵਿੱਚ ਕੋਈ ਕੀਰਤਨ ਕਰਾਂ ਜਾਂ ਦਾਸ ਨੂੰ ਕੋਈ ਸਾਰਿਆਂ ਤੋਂ ਜੂਨੀਅਰ ਵਿਦਿਆਰਥੀ ਹਾਂ ਪਰ ਜਦੋਂ ਇੱਕ ਮਹਾਂਪੁਰਖ ਦਾ ਵਚਨ ਇਸ ਅਸਥਾਨ ਦੇ ਉੱਤੇ ਬਾਬਾ ਸਰਜੀਤ ਸਿੰਘ ਜੀ ਸੇਵਾ ਕਰਿਆ ਕਰਦੇ ਸੀ ਦਾਸ ਦਾ ਬੜਾ ਪ੍ਰੇਮ ਸੀ ਇੱਥੇ ਸੇਵਾ ਹੁੰਦੀ ਸੀ ਹਰੇਕ ਸਾਲ ਕਿ ਇੱਥੇ ਲੱਖ ਪਾਠ ਮਹਾਂਪੁਰਖਾਂ ਨੇ ਜਪਜੀ ਸਾਹਿਬ ਦਾ ਕਰਵਾਇਆ ਹੁਣ ਉਹਦਾ ਕਾਰਨ ਆਪਾਂ ਬਾਹਰ ਦੀਆਂ ਵਸਤੂਆਂ ਦੀ ਤਾਂ ਨਕਲ ਮਾਰ ਸਕਦੇ ਹਾਂ ਪਰ ਜਿਹੜਾ ਇੱਕ ਮਹਾਂਪੁਰਖ ਦੇ ਅੰਤਰੀਬ ਖੇਡ ਚੱਲਦੀ ਹੈ ਬਾਬਾ ਜੀ ਨੇ ਦਾਸ ਨੂੰ ਵਚਨ ਸੁਣਾਇਆ ਕਿ ਮਹਾਰਾਜ ਜੀ ਵਚਨ ਕਰਿਆ ਕਰਦੇ ਸੀ ਅਜੇ ਪਤਾ ਨਹੀਂ ਮਹਾਂਪੁਰਖਾਂ ਦੇ ਬਹੁਤ ਵਚਨ ਅਧੂਰੇ ਰਹਿ ਗਏ ਕਦੋਂ ਪੂਰੇ ਕਰਾਉਣਗੇ ਇੱਕ ਵਾਰੀ ਮਹਾਰਾਜ ਜੀ ਨੇ ਜਿਸ ਤਰ੍ਹਾਂ ਇਸ ਧਰਤੀ ਦੇ ਨਾਲ ਮਿਲਦੇ ਪ੍ਰਵਚਨ ਨੇ ਬਾਬਾ ਜੀ ਨੂੰ ਵਚਨ ਜੋ ਮਹਾਰਾਜ ਜੀ ਨੇ ਸਰਵਣ ਕਰਾਇਆ ਬਾਬਾ ਸਰਜੀਤ ਸਿੰਘ ਜੀ ਨੇ ਕਈ ਵਾਰੀ ਇੱਥੇ ਕਿਉਂਕਿ ਇਸ਼ਨਾਨ ਇੱਥੇ ਮਹਾਰਾਜ ਜੀ ਕਰਿਆ ਕਰਦੇ ਸੀ ਕਹਿੰਦੇ ਸਰਜੀਤ ਜੀ ਆਪਾਂ ਇੱਥੇ ਬਹੁਤ ਵੱਡਾ ਸਮਾਗਮ ਰਚਣਾ ਕਹਿਣ ਲੱਗਿਆ ਮਹਾਰਾਜ ਕਿਸ ਵਾਸਤੇ ਕਹਿੰਦੇ ਭਾਈ ਅੱਜ ਸੰਤ ਖਾਲਸਾ ਪ੍ਰਕਾਸ਼ ਉਹਦੇ ਨਿਯਮਾਂ ਬਾਰੇ ਆਪਾਂ ਸੰਤ ਖਾਲਸਾ ਸੰਦੇਸ਼ ਦੇ ਵਿੱਚ ਆਪਾਂ ਪੜ੍ਹਿਆ ਕਰਦੇ ਸੀ ਅਗਲੇ ਪਾਸੇ ਕਿ ਉਹਦੇ ਸਾਰੇ ਧਰਮਾਂ ਨੂੰ ਪ੍ਰਕਾਸ਼ ਦੇਣ ਵਾਲਾ ਤੇ ਪਿਆਰ ਕਰਨ ਵਾਲਾ ਇਹ ਸੰਤ ਮਹਾਰਾਜ ਜੀ ਦਾ ਪਾਵਨ ਪਵਿੱਤਰ ਅਸਥਾਨ ਤੋਂ ਸਾਰੇ ਸੰਸਾਰ ਨੂੰ ਇਹ ਪ੍ਰਕਾਸ਼ ਤੇ ਕਿਰਤ ਸੂਰਜ ਮਾਨ ਸਾਰਿਆਂ ਦੇ ਅਗਿਆਨਤਾ ਦੇ ਹਨੇਰੇ ਨੂੰ ਚੱਕਣ ਵਾਲੀ ਹੈ ਕਿ ਉਸ ਸਮੇਂ ਜਿਹੜਾ ਹੱਲਿਆ ਕਹਿੰਦੇ ਐ ਕਟਾ ਵੱਡੀ ਹੋਈ ਆ ਸਾਰੇ ਟਿੱਡੇ ਹੁੰਦੇ ਸੀ ਅਸੀਂ ਵੀ ਐਤਵਾਰ ਨੂੰ ਇੱਥੋਂ ਰੇਹੜੀਆਂ ਭਰ ਕੇ ਲੈ ਕੇ ਜਾਇਆ ਕਰਨੀਆਂ ਅੱਜ ਤਾਂ ਸਾਰੀ ਜ਼ਮੀਨ ਬਹਿੰਦਲ ਹੋਈ ਪਈ ਹੈ ਛੋਟੇ ਛੋਟੇ ਹੁੰਦੇ ਦੇਖਦੇ ਸੀ ਇਸ ਧਰਤੀ ਦੇ ਵਿੱਚ ਵੀ ਟਿੱਡੇ ਸੀ ਤਾਂ ਸੰਤ ਮਹਾਰਾਜ ਜੀ ਨੇ ਉਹਨਾਂ ਕੋਲ ਵਚਨ ਕਰਨਾ ਕਹਿੰਦੇ ਸਾਨੂੰ ਫਤਿਹਗੜ੍ਹ ਸਾਹਿਬ ਜੋ ਉਹ ਰੂਹਾਂ ਨੇ ਕਿਉਂਕਿ ਮਹਾਰਾਜ ਜੀ ਨੇ ਇੱਕ ਵਾਰੀ ਸਿਰਸਰ ਦੀ ਧਰਤੀ ਤੋਂ ਉੱਥੋਂ ਦੀਵਾਨ ਤੋਂ ਬਾਅਦ ਕੋਈ ਮਰਜ਼ਾਦਾ ਦੱਸਣੀ ਸੀ ਆਪਣੇ ਗੁਰੀ ਗੋਰ ਸਹਿਜ ਪਾਠ ਦੀ ਉੱਥੇ ਬੁਲਾ ਲਿਆ ਦਾਸ ਨੂੰ ਤੇ ਗਿਆਨੀ ਜਗਦੀਪ ਸਿੰਘ ਜੀ ਨੂੰ ਕੰਨਾਂ ਦੇ ਵਿੱਚ ਜਾ ਕੇ ਗੱਡੀ ਰੋਕੀ ਹੀ ਮਹਾਰਾਜ ਆਹ ਮਹਾਂਪੁਰਖ ਦਾ ਹਿਰਦਾ ਇਸ ਦਰਦ ਨੂੰ ਪਹਿਚਾਣਦਾ ਤੇ ਸੱਚ ਦੇ ਉਪਦੇਸ਼ ਨੂੰ ਇਸੇ ਕਰਕੇ ਸੰਸਾਰ ਦੇ ਵਿੱਚ ਵਰਤਾਉਂਦਾ ਹੈ ਉਹ ਕਿ ਇਹ ਸੰਸਾਰ ਦੇ ਲੋਕੋ ਗੋਡ ਇਜ਼ ਵਨ ਮਹਾਰਾਜ ਜੀ ਨੇ ਇਹ ਉਪਦੇਸ਼ ਦਿੱਤਾ ਤੇ ਅੱਜ ਸੰਸਾਰ ਉੱਥੇ ਆ ਕੇ ਖੜਾ ਹੈ ਅੱਜ ਇੱਕ ਮਹਾਂਪੁਰਖ ਦਾ ਵਰਤਾਇਆ ਹੋਇਆ ਉਪਦੇਸ਼ ਹੀ ਇਸ ਵਰਦੀ ਜਿਹੜੀ ਨਦੀ ਹੈ ਈਰਖਾ ਦਵੈਰ ਦੀ ਇਹਨੂੰ ਉਹੀ ਥੰਮ ਦੇ ਸਕਦਾ ਹੈ ਕਿਉਂ ਸਰਬ ਧਰਮ ਸੰਮੇਲਨ ਕਰਾਏ ਮਹਾਰਾਜ ਜੀ ਦੇ ਦਾਸ ਗੱਡੀ ਦੇ ਪਾਸ ਖੜ ਕੇ ਕੁਝ ਲਿਖ ਰਿਹਾ ਸੀ ਤੇ ਮਹਾਂਪੁਰਖਾਂ ਨੇ ਨੇਤਰਾਂ ਦੇ ਵਿੱਚੋਂ ਜਲ ਆਇਆ ਸਾਧ ਸੰਗਤ ਕਿਉਂਕਿ ਉਹ ਸਮਾਂ ਹੁਣ ਮਹਾਰਾਜ ਜੀ ਨੇ ਆਪ ਆਪਣੇ ਹੱਥੀਂ ਹੰਢਾਇਆ ਸਰਵਣ ਕਰਵਾਇਆ ਕਰਦੇ ਸੀ ਕਿ ਕੁਰਾਨ ਸ਼ਰੀਫ ਇੱਕ ਘਰ ਦੇ ਵਿੱਚ ਜਲ ਰਹੀ ਸੀ
ਕਿਵੇਂ ਮਹਾਰਾਜ ਜੀ ਨੇ ਹੈ ਜੋੜ ਕੇ ਦੋ ਸੋਟੀਆਂ ਨੂੰ ਗੱਠ ਦੇ ਕੇ ਉਹਨੂੰ ਕੱਢ ਕੇ ਕਿਵੇਂ ਬਚਾਇਆ ਵੀ ਮਹਾਪੁਰਖ ਦਾ ਬ੍ਰਹਮ ਗਿਆਨੀ ਹੈ ਜਿਹੜੀ ਦ੍ਰਿਸ਼ਟੀ ਹੈ ਕਿ ਸੰਤ ਜਨਾ ਦਾ ਪੇਟ ਸਭ ਬ੍ਰਹਮ ਸੰਤ ਜਨਾ ਕੇ ਹਿਰਦੇ ਸਭ ਧਰਮ ਅਸੀਂ ਵੋਟਾਂ ਵਾਸਤੇ ਤਾਂ ਸਾਰੇ ਧਰਮਾਂ ਦੀ ਗੱਲ ਕਰਦੇ ਹਾਂ ਪਰ ਹਿਜਰ ਦੇ ਵਿੱਚੋਂ ਇੱਕ ਮਹਾਂਪੁਰਖ ਜਾਣਦਾ ਹੈ ਕਿ ਇਸ ਅਵਧ ਅਨਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਖੱਤਰੀ ਬ੍ਰਾਹਮਣ ਸੂਤ ਵੈਸ ਉਪਦੇਸ਼ ਕਿਉਂ ਬਰਨਾ ਕੋ ਸੰਜ ਇਸੇ ਦੇ ਵਿੱਚ ਹੀ ਮਹਾਰਾਜ ਜੀ ਨੇ ਵਰਤਾਇਆ ਜਦੋਂ ਆਪਾਂ ਗੁਰਬਾਣੀ ਦੇ ਵਿੱਚ ਗਹਿਰਾਈ ਦੇ ਵਿੱਚ ਸੰਤਿਆ ਦਾਸ ਨੂੰ ਸੁਣਾਉਣ ਦਾ ਸਮਾਂ ਮਿਲਦਾ ਰੋਜ਼ ਨਵੀਂ ਤੋਂ ਨਵੀਂ ਵਸਤੂ ਮਿਲਦੀ ਹੈ ਉਦੋਂ ਆਪਣੇ ਕਪਾਟ ਖੋਲਦੇ ਨੇ ਕਿ ਮਹਾਂਪੁਰਖ ਸਨਾਤਨ ਧਰਮ ਦੇ ਇੱਕ ਇੱਕ ਪੰਕਤੀ ਦੇ ਉੱਤੇ ਮਹਾਰਾਜ ਜੀ ਨੇ 40-40 ਦੀਵਾਨ ਸਜਾਉਣੇ ਵੀ ਵਿਸਥਾਰ ਹੀ ਇੰਨਾ ਵੱਡਾ ਸੀ ਕਿਉਂਕਿ ਆਪ ਪਰਮੇਸ਼ਰ ਦਾ ਸਰੂਪ ਸੀ ਦਾਸ ਸਮੇਂ ਦੀ ਸੰਕੋਚ ਕਰਕੇ ਕਿ ਮਹਾਂਪੁਰਖਾਂ ਨੇ ਜਦੋਂ ਮਹਾਰਾਜ ਜੀ ਨੇ ਇੱਕ ਕਹਿੰਦੇ ਇੱਧਰ ਨੂੰ ਹੋਈ ਗੱਲ ਜੀ ਇੱਧਰ ਹੋਈ ਤੁਹਾਨੂੰ ਦਿਖਾਉਂਦੇ ਆ ਐਂ ਇਸ਼ਾਰਾ ਕਰਕੇ ਕਹਿੰਦੇ ਆ ਕੰਧਰਾਂ ਦੇ ਵਿੱਚ ਕਹਿੰਦੇ ਆਪਣੇ ਜਿਹੜੇ ਕੱਟੜਵਾਦੀ ਗੁਰੂ ਸਿੰਘ ਜੇ ਉਹਨਾਂ ਨੂੰ ਉਹ ਤਾਂ ਕਹਿੰਦੇ ਹਨ ਕਿ ਅਸੀਂ ਧਰਮ ਨੂੰ ਬਹੁਤ ਪਿਆਰੇ ਹਾਂ ਕਿਉਂਕਿ ਸਤਸੰਗ ਦੀ ਜਿਹੜੀ ਮਹਾਂਪੁਰਖ ਦੀ ਦ੍ਰਿਸ਼ਟੀ ਦੇ ਵਿੱਚ ਵਸਤੂ ਤੁਰਦੀ ਹੈ ਧਰਮ ਦੀ ਕੀ ਤੱਕੜੀ ਹੈ ਉਹਨਾਂ ਦੇ ਕੋਲੇ ਧਰਮ ਦੇ ਬਾਬਾ ਚਰਨਦਾਸ ਜੀ ਮਹਾਰਾਜ ਜੀ ਦੇ ਪਾਸ ਦਾਸ ਨੇ ਕੋਈ ਐਸਾ ਸੀ ਜਦੋਂ ਸੰਸਾਰ ਦੇ ਉੱਤੇ ਕੋਈ ਵੱਡਾ ਖੇਡ ਵਰਤਿਆ ਕਿ ਅਸੀਂ ਵੀ ਕਹਿੰਦੇ ਹਾਂ ਕਿ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰ ਲਿਆ ਤੇ ਮੈਂ ਬਹੁਤ ਮੇਰੀ ਵਿੱਚ ਵਸਤਾ ਹੋ ਗਈ ਪਰ ਇੱਕ ਮਹਾਂਪੁਰਖ ਦੇ ਚਰਨਾਂ ਦੇ ਵਿੱਚੋਂ ਜਿਹੜੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਬਾਬਾ ਜੀ ਨੂੰ ਮੈਂ ਬੜਾ ਚਾਅ ਨਾਲ ਤਾਜ਼ਾ ਤਾਜ਼ਾ ਮੈਂ ਅੰਮ੍ਰਿਤ ਛਕ ਗਿਆ ਸੀ ਮੈਂ ਕਿਹਾ ਬਾਬਾ ਜੀ ਆ ਜੋ ਸਿੱਖਾਂ ਨੇ ਐਡੀ ਵੱਡੀ ਕੁਰਬਾਨੀ ਕੀਤੀ ਹੈ ਮੈਂ ਕਿਹਾ ਤਾਂ ਸਿੱਧੇ ਸੱਚਖੰਡ ਗਏ ਦੱਸੋ ਮੇਰੇ ਕੋਲ ਕਿਹੜੇ ਮਿੱਤਰ ਸੀ ਮੂਰਖ ਰਾਈ ਜੋ ਮਹਾਂਪੁਰਖ ਦੇ ਕੋਲ ਬੋਲਣਾ ਬਾਬਾ ਜੀ ਨੇ ਸਿਰਫ ਇੱਕ ਜਵਾਬ ਦਿੱਤਾ ਕਿਉਂਕਿ ਉਹ ਤਾਂ ਵੀ ਸੀ ਬੋਲਦੇ ਗੁਰਬਾਣੀ ਦੀ ਇੱਕ ਪੰਕਤੀ ਦੇ ਨਾਲ ਹੀ ਜਵਾਬ ਦੇ ਦਿੰਦੇ ਸੀ ਉਹਨਾਂ ਨੇ ਕਹਿੰਦਾ ਕਹਿੰਦੇ ਨਹੀਂ ਜੀ ਮੇਰਾ ਤਾਂ ਇਹ ਸਾਰਾ ਨਸ਼ਾ ਲੈ ਗਿਆ ਜਿਹੜਾ ਹੰਕਾਰ ਦਾ ਸੀ ਅਸੀਂ ਮਹਾਂਪੁਰਖ ਰੋਂਦੇ ਨੇ ਇੱਕ ਵਾਰੀ ਦਾਸ ਫੌਜ ਦੇ ਵਿੱਚੋਂ ਛੁੱਟੀ ਆਇਆ ਤੇ ਦਾਸ 12 ਕੁ ਦਿਨ ਘਰ ਜਾਣ ਦਾ ਸਮਾਂ ਮਿਲਿਆ ਰਾਤ ਨੂੰ ਮਨ ਦੇ ਵਿੱਚ ਉਹਦੇ ਹੰਕਾਰ ਕਰੀ ਫਿਰ ਬਾਬਾ ਜੀ ਰਾਤ ਨੂੰ ਪਏ ਪਏ ਕਿਉਂਕਿ ਜਿਉਂ ਜਲ ਦੁੱਧ ਭਿੰਨ ਭਿੰਨ ਕੱਢਿਆ ਚੋਣ ਹੰਸ ਦਾ ਤਿਉਂ ਦੇਹੀ ਤੇ ਚੋਣ ਕੱਢਿਆ ਸਾਧੂ ਹੋ ਮੈਂ ਤਾਰ ਸਾਡੇ ਕੋਲ ਆਪਣੇ ਕੋਲ ਨਿਕਲਦੀ ਕਿਉਂ ਹਜ਼ੂਰ ਮਹਾਰਾਜ ਜੀ ਐ ਟੁੱਟ ਟੁੱਟ ਕੇ ਸੇਵਕਾਂ ਨੂੰ ਐ ਤਾੜਾ ਮਾਣਾ ਦੇਣੀਆਂ ਭਾਵੇਂ ਮਨ ਨੂੰ ਹੀ ਮਾਰਨ ਵਾਸਤੇ ਮਹਾਂਪੁਰਖਾਂ ਦਾ ਪ੍ਰਯੋਜਨ ਹੁੰਦਾ ਹੈ ਬਾਬਾ ਜੀ ਰਾਤ ਨੂੰ ਕਿ ਮਹਾਂਪੁਰਖ ਦੇ ਇੱਕ ਬਚਨ ਦੇ ਨਾਲ ਸੁਖਾਇਆ ਸੁਹਾਗਾ ਫਿਰ ਮਿਲਦੇ ਨੇ ਕਹਿੰਦੇ ਬਲਜੀਤ ਸਿੰਘ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ 12-12 ਸਾਲ ਘਰੇ ਹੀ ਸੀ ਜਾਂਦੇ ਮੈਂ ਉੱਠ ਕੇ ਚਰਨ ਫੜਦੇ ਮੈਂ ਕਿਹਾ ਬਾਬਾ ਜੀ ਮੇਰੇ ਅੰਦਰ ਚੱਲ ਰਿਹਾ ਸੀ ਕਿਸਮਾਂ ਭਾਵ ਕਿ ਅੱਜ ਉੱਥੇ ਹਜ਼ੂਰ ਮਹਾਰਾਜ ਜੀ ਦਾਸ ਬੇਨਤੀ ਕਰ ਰਿਹਾ ਸੀ ਕਿ ਮਹਾਰਾਜ ਕਹਿੰਦੇ ਇੱਥੇ ਆਪਣੇ ਭਰਾਵਾਂ ਨੇ ਕਹਿੰਦੇ ਆ ਕਤਲੇਆਮ ਕਤਲਾ ਲਿਆ ਕੇ ਉੱਧਰੋਂ ਜਰਗੜੀ ਤੋਂ ਕੁੜੀ ਦੇ ਉੱਤੋਂ ਦੀ ਖੜ ਕੇ ਜਦੋਂ ਉੱਧਰੋਂ ਉਹਨਾਂ ਨੂੰ ਲਾਉਣਾ ਕਿ ਤੁਹਾਨੂੰ ਹਰੇਕ ਕੋਲੇ ਭੇਜ ਦਾਂਗੇ ਪਰ ਉਹ ਜਦੋਂ ਪੁਲ ਦੇ ਉੱਤੋਂ ਪਾਰ ਕਰਦੇ ਸੀ ਵੱਢ ਵੱਢ ਕੇ ਕਹਿੰਦੇ ਇੱਥੇ ਲਾਸਾਂ ਦੇ ਢੇਰ ਲਿਆ ਕੇ ਇੱਥੇ ਲਿਆ ਕੇ ਸੁੱਟਦੇ ਸੀ ਇਹਦੇ ਵਿੱਚ ਮਹਾਂਪੁਰਖਾਂ ਦੇ ਨੇਤਰਾਂ ਦੇ ਵਿੱਚੋਂ ਜਲ ਵਗਿਆ ਕਹਿਣ ਲੱਗੇ ਉਹ ਦਾਸ ਬੇਨਤੀ ਕਰ ਰਿਹਾ ਸੀ ਕਿ ਉਸ ਸਮੇਂ ਦਾ ਨਕਸ਼ਾ ਕਿ ਇਸ ਧਰਤੀ ਦੇ ਵਿੱਚ ਵੀ ਕਿ ਉਹ ਨਗਰ ਦੇ ਵਿੱਚ ਕਤਲੇਆਮ ਹੋਇਆ ਹੋ ਇਲਾਕੇ ਦੇ ਵਿੱਚ ਹੋਇਆ ਹੋ ਇੱਥੇ ਡਿੱਬਿਆਂ ਦੇ ਵਿੱਚ ਚਾਰ ਤੱਕ ਮਾਰੇ ਤੇ ਦੱਬ ਦਿੱਤੀਆਂ ਉਹ ਰੂਹਾਂ ਭਾਵ ਇੱਕ ਮਹਾਂਪੁਰਖ ਉਹ ਨਹੀਂ ਦੇਖਦਾ ਜੈਸੇ ਸੂਰ ਸਰਬ ਤੋਂ ਸੋਖ ਵੀ ਮਹਾਂਪੁਰਖ ਦਾ ਪ੍ਰਤਾਪ ਸੂਰਜ ਕਿਤੇ ਦੇਖਦਾ ਵੀ ਮੈਂ ਆ ਗੰਦਗੀ ਦੇ ਉੱਤੇ ਨਹੀਂ ਮੈਂ ਰੋਸ਼ਨੀ ਦੇਣੀ ਇਸ ਤਰ੍ਹਾਂ ਹੀ ਮਹਾਂਪੁਰਖ ਦਾ ਹਿਰਦਾ ਹੈ ਕਿ ਉਹ ਉਹਨਾਂ ਨੇ ਨਹੀਂ ਦੇਖਿਆ ਉਹ ਰੂਹਾਂ ਦਾ ਸਵਰਗ ਕੀ ਹੈ ਔਰ ਉਹ ਰੂਹਾਂ ਕਿੱਥੇ ਜਾ ਕੇ ਸ੍ਰੀ ਫਤਿਹਗੜ੍ਹ ਸਾਹਿਬ ਬੇਨਤੀਆਂ ਕਰਦੀਆਂ ਨੇ ਮਹਾਂਪੁਰਖ ਸਾਡਾ ਭਲਾ ਕਰੋ ਸਾਡਾ ਭਲਾ ਕਰੋ ਇਸ ਤਰ੍ਹਾਂ ਹੀ ਇਹ ਬੇਨਤੀ ਦਾਸ ਨੇ ਜੋ ਬਚਨ ਸੁਣਾਇਆ ਫਿਰ ਉਸ ਤੋਂ ਬਾਅਦ ਮਹਾਂਪੁਰਖਾਂ ਨੇ ਕਿ ਆਪਾਂ ਐਵੇਂ ਹੰਕਾਰ ਦੀਆਂ ਪੰਡਾਂ ਲਈ ਚੁੱਕੀ ਤੇਰੀ ਫਿਰੀ ਜਾਈਏ
कि उस समय पता लगता है जब कोई जो मैं चित में ना कर जो साढ़े चित में दे भी आऊंगा ना भी मैं आए कर दूं मैं आए कर दूं वो कहना परमेश्वर कहना मैं नहीं करता क्योंकि आशा पीतर रहे कर आशा आशा तो ਵਾਸਨਾ ਤੋਂ ਵਾਸਨਾ ਤੇ ਬਾਹਰ ਮੈਂ ਦੇਖੀਏ ਧਾਮ ਸੇ ਰੱਬ ਦਾ ਘਰ ਉਦੋਂ ਪ੍ਰਾਪਤ ਹੁੰਦਾ ਹੈ ਜੇ ਅੰਦਰ ਵਾਸਨਾ ਮਹਾਰਾਜ ਜੀ ਕਹਿੰਦੇ ਆਪਾਂ ਨੂੰ ਸਮਝਾ ਕੇ ਗਏ ਨੇ ਆਪਾਂ ਤਾਂ ਅਰਦਾਸਾਂ ਬੇਨਤੀ ਕਰਦੇ ਹਾਂ ਕਿ ਉਹਨਾਂ ਦੇ ਪਾਵਨ ਪਵਿੱਤਰ ਉਪਦੇਸ਼ ਦੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜੋ ਮੈਂ ਚਿੱਤ ਮੈਂ ਨਾ ਕਰੇ ਕਿਆ ਮੇਰੇ ਚਿੱਤ ਮੈਂ ਹੋਵੇ ਆਪਣਾ ਚਿੱਤ ਮੈਂ ਹਰ ਕਰੇ ਜੋ ਮੇਰੇ ਚਿੱਤ ਨਾ ਹੋਵੇ ਕਿ ਅੱਜ ਆਪਾਂ ਨੂੰ ਇੱਥੇ ਬੈਠਣ ਦਾ ਆ ਸੁਭਾਗ ਸਮਾਂ ਜੋ ਪ੍ਰਾਪਤ ਹੋਇਆ ਇਹ ਆਪਣੇ ਚਿਤਵਨ ਦੇ ਵਿੱਚ ਸੀ ਕਈ ਵਾਰੀ ਗੁਰੂ ਰਸੂਲ ਸਾਗਰ ਸਾਹਿਬ ਐਡੀ ਵੱਡੀ ਮਹਾਨ ਸੇਵਾ ਹੋ ਰਹੀ ਹੈ ਉਸ ਸਮੇਂ ਜਦੋਂ ਉਹਦਾ ਨੀਂਹ ਪੱਥਰ ਰੱਖਿਆ ਤਾਂ ਉਸ ਸਮੇਂ ਬਹੁਤ ਸਾਰੇ ਕਿਉਂਕਿ ਦ੍ਰਿੜਤਾ ਡਗਮਗ ਕਈ ਕਹਿੰਦੇ ਤੁਹਾਡਾ ਸਾਥ ਹੀ ਛੱਡ ਜਾਵਾਂਗੇ ਐਡਾ ਵੱਡਾ ਤੁਸੀਂ ਇਹ ਕਾਰਜ ਕਰ ਰਹੇ ਹੋ ਮੋਨੀ ਜੀ ਦਾ ਕਹਿਣਾ ਐਡਾ ਜਿਹਦਾ ਕਾਰਜ ਹੈ ਉਹਨੂੰ ਫਿਕਰ ਹੈ ਕਹਿੰਦੇ ਅਸੀਂ ਸਿਉਲੇ ਵਾਲੇ ਦਾ ਵੱਡਾ ਸਥਾਨ ਬਣਾਉਣਾ ਆਹ ਵੱਡਾ ਸਥਾਨ ਬਣਿਆ ਦਾਸ ਤੱਕ ਬੇਨਤੀ ਕਰਨ ਲੱਗਿਆ ਕਿ ਉਹ ਮਹਾਰਾਜ ਜੀ ਨੇ ਉੱਥੋਂ ਫੇਰ ਇੱਥੇ ਬੁਲਾ ਕੇ ਕਹਿੰਦੇ ਇੱਥੇ ਆਪਾਂ 1.25 ਲੱਖ ਪਾਠ ਕਿਹਾ ਮਹਾਰਾਜ ਜੀ ਨੇ ਪਰ ਮਹਾਂਪੁਰਖ ਆਪਾਂ ਤਾਂ ਲੱਖ ਦਾ ਟੀਚਾ ਸੀ ਆਸਾ ਇੰਨੀ ਸੀ ਪਰ ਜਦੋਂ ਮਹਾਂਪੁਰਖਾਂ ਨੇ ਉਹ ਖੇਡ ਵਰਤਾਈ ਕਿ ਇੱਕ ਮਹਾਂਪੁਰਖ ਇੱਕ ਸੇਵਕ ਦੇ ਕੋਲੋਂ ਹੀ ਸਾਡੇ ਬੀਬਾ ਸਾਹਿਬ ਬੈਠੇ ਨੇ ਬਲਵੰਤ ਭੈਣ ਜੀ ਬੈਠੇ ਨੇ ਸਿਰਸਾ ਸਾਹਿਬ ਸਾਰੀ ਸੇਵਾ ਸੰਭਾਲਣਾ ਕਰਨੀ ਮਹਾਰਾਜ ਜੀ ਨੇ ਇਹਨਾਂ ਨੂੰ ਬਚਨ ਕਰਨਾ ਕਹਿੰਦੇ ਤੁਸੀਂ 5-7 ਜਾਣੀਆਂ ਲੱਗੇ ਹੋਏ ਸੇਵਾ ਕਰਨ ਮੈਂ ਤਾਂ ਇੱਕ ਤੋਂ ਹੀ ਦਰਬਾਰ ਪਾਇਆ ਸਾਹਿਬ ਭਾਵ ਐਸੀ ਮਹਾਂਪੁਰਖਾਂ ਦੀ ਹਰ ਭਰ ਜਾਗਾ ਨੇਤਰ ਹੋਰ ਕਿ ਉਸ ਸਮੇਂ ਜਦੋਂ ਲੱਖ ਪਾਠ ਦੀ ਪ੍ਰਾਰੰਭਤਾ ਹੋਈ ਕਿ ਮਹਾਂਪੁਰਖਾਂ ਦੇ ਬਚਨਾਂ ਦੇ ਉੱਤੇ ਚੱਲਣਾ ਬੜਾ ਔਖਾ ਹੈ ਕਿ ਉਦੋਂ ਸਾਧ-ਸੰਗਤ 18 ਪਾਠੀ ਬਦਲੀ ਹੁੰਦੇ ਸੀ ਹੁਣ ਸਮਾਂ ਨਹੀਂ ਜਾ ਦਿੰਦਾ ਕਿ ਉਸ ਸਮੇਂ ਸਾਨੂੰ ਚਿੰਤਾ ਹੋਏ ਇਸ ਕਰਕੇ ਸਾਰੇ ਇਲਾਕਿਆਂ ਦੇ ਵਿੱਚੋਂ ਐਡਾ ਵੱਡਾ ਸੰਤ ਖਾਲਸਾ ਦਲ ਦਾ ਜੋ ਦੁਰਪ੍ਰਕਾਰ ਘਰ ਹੈ ਸਾਰੇ ਬੱਚੇ ਆਪਣੇ ਆਪ ਆ ਜਾਣਗੇ ਜਦੋਂ ਅੱਜ ਤੇ ਕੱਲ੍ਹ ਦਾ ਦਿਨ ਆਪਣੇ ਦਿਨ ਵਿਚਾਰੇ ਹੈ ਹੋਰ ਮੈਂ ਇਹਨਾਂ ਨੂੰ ਫੋਨ ਕੀਤਾ ਕਿ ਪਾਠੀਆਂ ਦੀ ਡਿਊਟੀ ਕਿਵੇਂ ਹੈ ਜੀ ਉਹ ਕਹਿੰਦੇ ਜੀ ਤਾਂ ਤੁਸੀਂ ਜਾਣੋ ਕਹਿੰਦਾ ਮਹਾਰਾਜ ਜੀ ਕਹਿੰਦੇ ਉਹਨਾਂ ਦੀ ਕੰਮ ਹੈ ਸਾਨੂੰ ਭਾਜਣਾ ਪੈ ਗਈਆਂ ਚਿੰਤਾ ਪੈ ਗਈ ਕਿ ਇੱਕ ਰੌਣ ਦੇ ਉੱਤੇ 18 ਪਾਠੀ ਬਿਠਾਉਣੇ ਭਾਵ ਸਾਧ ਸੰਗ ਜੀ ਮਹਾਂਪੁਰਖ ਦਾ ਬਚਨ ਬਸ ਉਹਦੇ ਉੱਤੇ ਦ੍ਰਿੜਤਾ ਹੋ ਜਾਵੇ ਤੇ ਸਾਗਰ ਪਾਰ ਉਤਾਰਾ ਉਸ ਸਮੇਂ ਅਸੀਂ ਨਗਰਾਂ ਦੇ ਵਿੱਚ ਕਾਪੀਆਂ ਲੈ ਕੇ ਗਏ ਆਲੇ ਦੁਆਲੇ ਤੇ ਪਹਿਲੇ 2 ਦਿਨ ਰੌਲਾਂ ਦਾ ਥੋੜਾ ਨੇੜੇ 1-2 ਰੌਲਾਂ ਛੱਡ ਕੇ ਫਿਰ ਰੌਲਾ ਆ ਜਾ ਕਰੇ ਭਾਵ ਚੌਥੇ 5ਵੇਂ ਦਿਨ ਸਾਧ ਸੰਗ ਜੀ 5-7 ਪਾਠੀ ਹਰੇਕ ਰੌਲ ਤੇ ਆਏ ਕਿਹਾ ਕਰਨ ਕਿ ਮੈਨੂੰ ਬਿਠਾਇਆ ਨੀ ਜੀ ਰੌਲ ਤੇ ਤੁਸੀਂ ਅਸੀਂ ਕਿਹਾ ਤੁਹਾਨੂੰ ਸੁਪਿਆਰ ਦੇ ਵਿੱਚ ਰੱਖਿਆ ਭਾਈ ਇੱਥੇ ਮਹਾਰਾਜ ਜੀ ਨੇ ਉੱਥੋਂ ਸਮੱਗਰੀ ਭੇਜੀ ਬਦਾਮ ਵਗੈਰਾ ਜੋ ਵੀ ਭੇਟਾ ਹੁੰਦੀ ਆ ਉਹਨਾਂ ਰੂਹਾਂ ਦੀ ਭਲਾ ਕਰਨ ਵਾਸਤੇ ਉਹ ਮਹਾਂਪੁਰਖਾਂ ਦੀ ਉਹਨਾਂ ਦੇ ਘਰ ਦੀਆਂ ਗੱਲਾਂ ਨੇ ਕਿਤੇ ਉਹ ਭੇਟਾ ਜਾਣੀ ਹੁੰਦੀ ਹੈ ਪਰ ਸਾਡੀ ਮੂਰਖ ਦੀ ਉਹ ਕੀ ਖੇਡ ਉੱਥੇ ਬਿਸਰੀ ਵਗੈਰਾ ਲੜਾਈ ਹੋਈ ਇੱਕ ਵੱਡੀ ਪ੍ਰਾਂਤ ਭਰ ਕੇ ਭਾਈ ਸਾਹਿਬ ਕੋਲ ਭੇਜ ਦਿੱਤੀ ਉਹ 3-4 ਦਿਨ ਉਹਦੇ ਤੇ ਕੀੜੀਆਂ ਚੜ੍ਹਨ ਲੱਗ ਗਈਆਂ ਦਾਸ ਨੇ ਕੀ ਕੀਤਾ ਪੁੱਛਿਆ ਨੀ ਗਿੱਚਿਆ ਨੀ ਕਿਸੇ ਨੂੰ ਉਹਦੇ ਵਿੱਚੋਂ ਉਂਗਲ ਭਰ ਭਰ ਕੇ ਸਾਰੇ ਪਾਠੀਆਂ ਨੂੰ ਵਰਤਾ ਤੇ ਮੈਂ ਕੀੜੀਆਂ ਚੜ੍ਹਦੀਆਂ ਨੇ ਮੈਨੂੰ ਪਤਾ ਨੀ ਸੀ ਕਿ ਸਮੱਗਰੀ ਕਿਵੇਂ ਭੇਟਾ ਕਰਨੀ ਹੁੰਦੀ ਹੈ ਜਦੋਂ ਹਜ਼ੂਰ ਮਹਾਰਾਜ ਜੀ ਅਰਦਾਸ ਦੇ ਉੱਤੇ ਆਏ ਤਾਂ ਮੈਨੂੰ ਕਹਿੰਦੇ ਉਹ ਸਮੱਗਰੀ ਕਿੱਥੇ ਲਿਆਓ ਮੈਂ ਤਾਂ ਫਿਕਰ ਪੈ ਗਿਆ ਮੈਂ ਕਿਹਾ ਮਹਾਰਾਜ ਜੀ ਉਹ ਤਾਂ ਪਾਠੀਆਂ ਨੂੰ ਵਰਤਾ ਤੀ ਇਕਦਮ ਮਹਾਰਾਜ ਜੀ ਹੱਥੋਂ ਸੀਰੀਅਸ ਹੋ ਗਏ ਕਹਿੰਦੇ ਪਾਠੀ ਠੀਕ ਠਾਕ ਨੇ ਮੈਂ ਕਿਹਾ ਮਹਾਰਾਜ ਆਪ ਜੀ ਦੀ ਕਿਰਪਾ ਸਾਰੀ ਫਿਰ ਇਕਦਮ ਮਹਾਰਾਜ ਜੀ ਨੂੰ ਨੇਤਰ ਵੰਦ ਕੀਤਾ ਕਹਿੰਦੇ ਨਿਸ਼ਕਾਮ ਪਾਠੀ ਸੀ ਕਹਿੰਦੇ ਸਾਰੇ ਤਾਂ ਵਿਚਾਰਾ ਹੋ ਗਿਆ ਭਾਵ ਇਹ ਮਹਾਂਪੁਰਖਾਂ ਦੀਆਂ ਰਮਜਾਂ ਨੂੰ ਅਸੀਂ ਨਹੀਂ ਜਾਣ ਸਕਦੇ ਮੈਂ ਮੂਰਖ ਕੀ ਜਾਣਾ ਸਤਿਗੁਰ ਭਲਾ ਕਰੇ
ਉਥੋਂ
ਕਿ ਜਿਹੜਾ ਸਾਡੇ ਡੰਗਰਾਂ ਨੂੰ ਹੋਈ ਸਾਡੇ ਮੁੱਦਰਾਂ ਨੂੰ ਬਹੁਤ ਔਖਾ ਹੈ ਅਸੀਂ ਦਿਖਾਵੇ ਦੇ ਨਾਲ ਕੱਖ ਨਹੀਂ ਮਿਲਦਾ ਮਹਾਰਾਜ ਕਹਿੰਦੇ ਭੇਖ ਦਿਖਾਵਾ ਜਗਤ ਕੋ ਲੋਗੋਂ ਕੋ ਬਸ ਕੀਨ ਇੱਕ ਵਾਰੀ ਸੰਤ ਡੇਰੇ ਵਾਲੇ ਉਹਨਾਂ ਨੂੰ ਵੀ ਆਪਣੇ ਮਹਾਰਾਜ ਜੀ ਦੇ ਸਥਾਨ ਨੇ ਅਧਿਆਤਮਿਕ ਨੇ ਦਿਖਾਵਾ ਨਹੀਂ ਬਾਹਰ ਦਾ ਉਹ ਇੱਕ ਦਿਨ ਬੈਠੇ ਬੈਠੇ ਚਾਹ ਜਲ ਛੱਕ ਰਹੇ ਸੀ ਕਹਿੰਦੇ ਆਪਾਂ ਕਮਰੇ ਚੋਂ ਬਾਹਰ ਨਿਕਲ ਗਿਆ ਕਹਿੰਦੇ ਲੋਕੀ ਖੜੇ ਹੁੰਦੇ ਨੇ ਵੀ ਇਹਨਾਂ ਨੂੰ ਮੱਥਾ ਟੇਕੀ ਕਹਿੰਦੇ ਇਹ ਨਹੀਂ ਪਤਾ ਵੀ ਇਹ ਸੁੱਤਾ ਪਿਆ ਉੱਠ ਕੇ ਆਇਆ ਅੰਦਰ ਉਹ ਸਿੱਧੇ ਹੀ ਨੇ ਉਹਨਾਂ ਦਾ ਬਚਨ ਇਸ ਤਰ੍ਹਾਂ ਦਾ ਖੇਡ ਵਰਤਾ ਉਹਨਾਂ ਦੇ ਬਜ਼ੁਰਗ ਸਾਡੇ ਆਪਣੇ ਡੇਰੇ ਰਹੇ ਬਿਰਧ ਅਵਸਥਾ ਦੇ ਵਿੱਚ ਕੀਰਤਨ ਸਿੱਖ ਕੇ ਗਏ ਧੰਨ ਬਾਬਾ ਚਰਨਦਾਸ ਜੀ ਮਹਾਰਾਜ ਉਹਨਾਂ ਦੀ ਰੋਜ਼ ਮੁੱਠੀ ਚਾਪੀ ਕਰਿਆ ਕਰਨੀ ਬਾਬਾ ਜੀ ਦੇ ਅੰਤ ਵੇਲੇ ਵੀ ਉਹਨਾਂ ਨੂੰ ਯਾਦ ਕੀਤਾ ਹੋਰ ਵੀ ਕਿਸੇ ਨੂੰ ਹੱਥ ਲਾਉਣ ਵਾਲੇ ਸੀ ਆਪਣੇ ਚਰਨਾਂ ਨੂੰ ਮੇਰੇ ਚਰਨ ਘੁੱਟੋ ਉਹਨਾਂ ਤੋਂ ਉਧਾਰ ਲੈ ਜੀ ਪਤਾ ਨਹੀਂ ਕੀ ਭਾਗ ਦੇ ਵਿੱਚ ਸੀ ਆਓ ਐਸੇ ਮਹਾਂਪੁਰਖ ਦਾ ਇੱਕ ਬਾਣ ਲੱਗਿਆ ਹੋਇਆ ਤੇਰੇ ਕਿਉਂਕਿ
ਕਿਉਂਕਿ ਮਹਾਪੁਰਖ ਵਾਸਤੇ ਕਿਉਂ ਸਤਿਗੁਰੂ ਪਾਤਸ਼ਾਹ ਮੋਹਰ ਲਾਉਂਦੇ ਨੇ ਮਨ ਸੱਚਾ ਜਿਨ੍ਹਾਂ ਦੇ ਮਨ ਦੇ ਵਿੱਚ ਸੱਚਾ ਵਸਿਆ ਹੈ ਤੇ ਉਹਨਾਂ ਦੇ ਮੁਖ ਦੇ ਵਿੱਚੋਂ ਵੀ ਸੱਚੀ ਆਵਾਜ਼ ਆਉਂਦੀ ਨਹੀਂ ਤਾਂ ਮਹਾਰਾਜ ਕਹਿੰਦੇ ਝੂਠੇ ਕਹੋ ਬਲੋਸ ਭਾਰੀ ਉਹਨਾਂ ਵਾਸਤੇ ਹਿਰਦੇ ਕਪਟ ਮੁੱਕ ਗਿਆ ਨਹੀਂ ਇਹ ਸਭ ਆਪਾਂ ਨੂੰ ਹੀ ਨੁਕਸਾਨ ਹੁੰਦਾ ਇਹਨਾਂ ਵਸਤੂਆਂ ਦਾ ਇਸ ਕਰਕੇ ਗੁਰੂ ਦੇ ਭੈ ਦੇ ਵਿੱਚ ਬੋਲੋ ਸੱਚੇ ਪਾਤਸ਼ਾਹ ਕਿਰਪਾ ਕਰੋ ਅਸੀਂ ਤੇਰੇ ਕਦਮਾਂ ਦੇ ਉੱਤੇ ਜੋ ਮਹਾਂਪੁਰਖ ਤੁਸੀਂ ਚਲਾਇਆ ਜੋ ਇਹ ਸੰਤ ਖਾਲਸਾ ਜੋ ਇਹਦੇ ਨਿਯਮਾਂ ਬਣੀ ਹੈ ਉਹਦੇ ਅਨੁਸਾਰ ਸਾਨੂੰ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰੋ ਆਪ ਮਿਹਰ ਕਰ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਨਗਰ ਨਿਵਾਸੀਆਂ ਦੇ ਵਿੱਚ ਮੇਲ ਮਿਲਾਪ ਪਾਕ ਸਾਰੇ ਸੰਤ ਖਾਲਸਾ ਦਲ ਅੱਜ ਬੜੇ ਪਿਆਰ ਦੇ ਨਾਲ ਅੱਜ ਮਹਾਂਪੁਰਖਾਂ ਦੇ ਉਹ ਕਿੱਡਾ ਵੱਡਾ ਹੈ ਮਹਾਂਪੁਰਖਾਂ ਦਾ ਘਰ ਕਿੱਡਾ ਵੱਡਾ ਹੈ ਸੰਤ ਖਾਲਸਾ ਦਲ ਦੀਆਂ ਕਿਤੇ ਮਸਤਮਾਣਾ ਸਾਹਿਬ ਦੀਆਂ ਧਰਤੀਆਂ ਤੋਂ ਕਿਵੇਂ ਸੰਗਤ ਆ ਕੇ ਸੇਵਾ ਕਰ ਰਹੀ ਹੈ ਨਗਰ ਨਿਵਾਸੀਆਂ ਨੇ ਵੀ ਬਹੁਤ ਪਿਆਰ ਦਿੱਤਾ ਤੇ ਪਿਆਰ ਲਿਆ ਇਹ ਹੀ ਸਤਿਗੁਰ ਪਾਤਸ਼ਾਹ ਜੋ ਮਹਾਂਪੁਰਖਾਂ ਨੇ ਸਾਨੂੰ ਸਾਰੇ ਧਰਮਾਂ ਨੂੰ ਗੁਰਬਖਸ਼ੀ ਦੇ ਵਿੱਚ ਰਹਿਣ ਦਾ ਉਪਦੇਸ਼ ਦਿੱਤਾ ਹੈ ਆਪਾਂ ਵੀ ਸਿੱਖੀ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰੀਏ ਕਿ ਸਾਡੇ ਦੇ ਮਨਾਂ ਦੇ ਵਿੱਚੋਂ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਨਾ ਕਿਉਂਕਿ ਟੋਏ ਤੇ ਟਿੱਬੇ ਜਿੱਥੇ ਡੂੰਘਾ ਪਾਣੀ ਹੁੰਦਾ ਉਹ ਪਾਣੀ ਮਾਰ ਵਿੱਚ ਆ ਜਾਂਦਾ ਜਿੱਥੇ ਹੰਕਾਰ ਦਾ ਟੱਬਾ ਖੜਾ ਹੈ ਉੱਥੇ ਉਂਗਲੀ ਚੜ੍ਹਦਾ ਉਸ ਧਰਤੀ ਉਹ ਸੁੱਕੀ ਰਹਿ ਜਾਂਦੀ ਹੈ ਇਹ ਨਾਮ ਵਾਲੀ ਜਿਹੜੀ ਧਰਤੀ ਦਾ ਨਾਮ ਦਾ ਬੀਜ ਬੀਜਣਾ ਹੈ ਇਹ ਤਾਂ ਨਿਮਰਤਾ ਦੇ ਨਾਲ ਹੀ ਸਾਧ ਸੰਗਤ ਜੀ ਪਰ ਫੁੱਲਤ ਹੋਣਾ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਔਰ ਸੰਤ ਬਾਬਾ ਜੱਗਾ ਸਿੰਘ ਜੀ ਉਹਨਾਂ ਨੂੰ ਬੇਨਤੀ ਕਰੀਏ ਅਨੰਦ ਸਾਹਿਬ ਦਾ ਪਾਠ ਕਰਕੇ ਸਮਾਪਤੀ ਕਰਨਗੇ ਸਾਡੇ ਸਰਮੌਰ ਨੇ ਬਹੁਤ ਲੰਮਾ ਸਮਾਂ ਮਹਾਂਪੁਰਖਾਂ ਦੇ ਨਾਲ ਜੀਵਨ ਲਾਇਆ ਔਰ ਦਾਸ ਅਨਪੜ ਇਸ ਸੰਸਥਾ ਦਾ ਜੂਨੀਅਰ ਵਿਦਿਆਰਥੀ ਹੈ ਕਿਸੇ ਦੇ ਦਿਲ ਦਿਖਾਉਣ ਵਾਲਾ ਕੋਈ ਸ਼ਬਦ ਵਰਤਿਆ ਗਿਆ ਹੋਵੇ ਮਾਫ ਕਰਨਾ ਹੁੰਜਾ ਭੁੱਲਾ ਲਿਖੇ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਕਾ